ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਦੋਸਤੋ ਦੋਸਤੋ ਇੱਕ ਅੱਜ ਅਫਸੋਸ ਹੀ ਨਾਲ ਵਾਕਿਆ ਪੇਸ਼ ਆਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਐਮਐਫ 240 ਟਰੈਕਟਰ ਹੈ ਜਿਹੜਾ ਕਿ ਰੇਤਾ ਦੀ ਭਰੀ ਹੋਈ ਟਰਾਲੀ ਲੈ ਕੇ ਆ ਰਿਹਾ ਸੀ ਤੇ ਅਗੋਂ ਉੱਠਣ ਨਾਲ ਹਿੱਚ ਦੇ ਸਟੱਡ ਟੁੱਟ ਗਏ ਨੇ ਤੇ ਜਿੰਦੇ ਨਤੀਜੇ ਨਾਲ ਟਰੈਕਟਰ ਪਿੱਛੇ ਜਾ ਟਰਾਲੀ ਨਾਲ ਲੱਗ ਗਿਆ ਲੇਕਿਨ ਇਹ ਰੱਬ ਦਾ ਸ਼ੁਕਰ ਹੈ ਕਿ ਬੰਦਾ ਬਚ ਗਿਆ ਤੇ ਹੁਣ ਇਹਨੂੰ ਸਿੱਧਾ ਕਰਦੇ ਪਏ ਨੇ ਕੋਸ਼ਿਸ਼ ਕਰਿਆ ਕਰੋ ਯਾਰ ਕਿ ਹੈਵੀ 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 ਲੋਹੇ ਦੀ ਹਿਚ ਬਣਾਇਆ ਕਰੋ ਕਿਉਂਕਿ ਇੰਦੇ ਤੇ ਜ਼ਿੰਦਗੀ ਮੌਤ ਦਾ ਖੇਡ ਮਨਸਰ ਹੁੰਦਾ ਹੈ ਲੇਕਿਨ ਕਾਫੀ ਸਾਰਾ ਨੁਕਸਾਨ ਹੋ ਗਿਆ ਟਰੈਕਟਰ ਦਾ ਡਰਾਈਵਰ ਦੇ ਵੀ ਕੁਝ ਹਲਕੇ ਭੁਲਕੇ ਝੋਟਾ ਆਈਆਂ ਨੇ ਲੇਕਿਨ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੰਪਨੀਆਂ ਅੱਗੇ ਵੀ ਗੁਜ਼ਾਰਿਸ਼ ਹੈ ਜਿਹੜੀਆਂ ਇਹ ਚੀਜ਼ਾਂ ਬਣਾਉਣ ਤੇ ਯਾਰ ਕਾਫੀ ਮਜ਼ਬੂਤ ਬਣਾ ਲਿਆ ਕਰੋ ਤਾਂ ਕਿ ਸਾਡੇ ਵੀਰ ਭਰਾ ਇਹਨਾਂ ਤੋਂ ਮਹਿਫੂਜ਼ ਰਹਿ ਸਕਣ ਹੁਣ ਟਰੈਕਟਰ ਸਿੱਧਾ ਕਰਦੇ ਪਏ ਨੇ ਟਰੈਕਟਰ ਦੀ ਜੋ ਕੰਡੀਸ਼ਨ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਨੁਕਸਾਨ ਤੇ ਜਿਹੜਾ ਜਿਹੜਾ ਹੁੰਦਾ ਪਰੇਸ਼ਾਨੀ ਕਾਫੀ ਬਣਦੀ ਏ ਦੁਆਏ ਅੱਲਾਹ ਤਾਲਾ ਸਾਨੂੰ ਹਫਜ਼ੁਮਾਨ ਚ ਰੱਖੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ